ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 28 ਜਥੇਬੰਦੀਆਂ ਨੇ ਗੈਰ ਰਾਜਨੀਤਿਕ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ 'ਚ ਦਿੱਲੀ ਕੂਚ ਕੀਤਾ ਜਾਵੇਗਾ। 13 ਫਰਵਰੀ ਦਾ ਦਿਨ ਇਹ ਐਲਾਨਿਆ ਗਿਆ ਔਰ ਨਵੀਂ ਜਥੇਬੰਦੀ ਜਿਹੜੀ ਉਹ ਗਠਿਤ ਕਰ ਦਿੱਤੀ ਗਈ ਹੈ। ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸਰਵਨ ਸਿੰਘ ਪੰਧੇਰ ਨੇ। ਪੰਧੇਰ ਸਾਹਿਬ, ਨਵੀਂ ਜਿਹੜੀ ਜਥੇਬੰਦੀ ਬਣਾਈ ਹੈ ਉਹਦਾ ਕੀ ਨਾਮ ਔਰ ਕੀ ਕੰਮ ਰਹੇਗਾ ਉਹਦੇ ਵਿੱਚ? ਮੋਰਚਾ ਜੀ, ਉਹ ਸੈਂਕੜੇ ਜਥੇਬੰਦੀਆਂ ਦਾ ਇੱਕ ਮੋਰਚਾ, ਕਿਸਾਨ ਮਜ਼ਦੂਰ ਮੋਰਚਾ। ਰੋਜ਼ ਡੇਲੀ ਜਥੇਬੰਦੀਆਂ ਵੱਧ ਜਾਂਦੀਆਂ ਸੀ, ਫਿਰ ਉਹ ਵਾਰ ਵਾਰ ਪ੍ਰੈਸ 'ਚ ਦੇਣਾ, ਉਹ ਜਦ 76 ਲਿਖਦੇ ਸੀ ਕਹਿੰਦੇ 82 ਹੋ ਗਈਆਂ, 82 ਲਿਖਿਆ ਸੀ 90 ਹੋ ਗਈਆਂ, ਤਾਂ ਹੁਣ ਉਹ ਕਿਸਾਨ ਮਜ਼ਦੂਰ ਮੋਰਚਾ ਬਣ ਗਿਆ। ਇੱਕ ਕਿਸਾਨ ਮਜ਼ਦੂਰ ਮੋਰਚਾ ਅਤੇ SKM ਗੈਰ ਰਾਜਨੀਤਿਕ, ਦੋ ਫੋਰਮਾਂ ਦੀ ਦਿੱਲੀ ਵਾਲੀ ਕਾਲ ਹੈ। ਜੇਕਰ ਦਿੱਲੀ ਕੂਚ ਦੀ ਗੱਲ ਆਉਂਦੀ ਹੈ ਤਾਂ ਕਦੋਂ ਕੂਚ ਕਰਨਾ ਹੈ ਔਰ ਕਿਹੜੇ ਕਿਹੜੇ ਬਾਰਡਰ ਚੁਣੇ ਗਏ ਨੇ, ਕਿਹੜੇ ਕਿਹੜੇ ਪੁਆਇੰਟ ਬਣਾਏ ਗਏ ਨੇ ਜਿੱਥੋਂ ਦਿੱਲੀ ਕੂਚ ਕਰਨਾ ਤੁਸੀਂ? 13 ਫਰਵਰੀ ਦਾ ਦਿੱਲੀ ਕੂਚ ਆ, ਬਾਰਡਰਾਂ ਵਿੱਚ ਸੰਭੂ ਆ, ਖਨੌਰੀ ਆ, ਡੱਬ ਵਾਲੀ ਆ। ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਬਹਿਣ ਦੀ ਕੋਈ ਗੱਲ ਹੋਈ ਆ, ਉੱਥੇ ਦਿੱਲੀ ਸਰਕਾਰ ਦੇ ਨਾਲ ਕੋਈ ਗੱਲ ਹੋਈ ਵੀ ਇੱਥੇ ਅਸੀਂ ਆ ਕੇ ਧਰਨਾ ਲਾਉਣਾ, ਜਾਂ ਫਿਰ ਧਰਨੇ ਦੀ ਗੱਲ ਲਈਏ, ਮੰਗਾਂ ਕਿਹੜੀਆਂ ਕਿਹੜੀਆਂ? ਹਾਂ, ਦੇਖੋ ਉਹਦੇ 'ਚ ਜੰਤਰ ਮੰਤਰ ਦੀ ਅਸੀਂ ਮੰਗ ਕੀਤੀ ਉਹਨਾਂ ਕੋਲ, ਉਹੀ ਹੈਗਾ ਧਰਨਾ ਲਾਉਣ ਬਹਿ ਜਾਣਾ ਅਤੇ ਪੀਸਫੁਲੀ ਉੱਥੇ ਜਾ ਕੇ ਬਹਿੰਦੇ। ਹੁਣ ਸਰਕਾਰ ਦੇਖੇ ਉਹਨੇ ਕੀ ਕਰਨਾ ਹੈਗਾ। ਦੂਜਾ, ਮੰਗਾਂ ਦੇ ਵਿੱਚ ਦੇਖੋ, ਇੱਕ ਤਾਂ ਹੈਗਾ ਜਿਹੜੀਆਂ ਬਾਹਰੋਂ ਇੰਪੋਰਟ ਕੀਤੀਆਂ ਜਾ ਰਹੀਆਂ ਫਸਲਾਂ, ਵੀ ਉੱਥੇ ਡਿਊਟੀ ਖਤਮ ਕੀਤੀ ਜਾ ਰਹੀ ਆ, ਉਹ ਫੈਸਲਾ ਵਾਪਸ ਲਿਆ ਜਾਣਾ ਚਾਹੀਦਾ। ਲੈਂਡ ਐਕੁਜੀਸ਼ਨ ਐਕਟ ਦੇ ਵਿੱਚੋਂ ਜਿਹੜੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨ ਖੋਹਣ ਵਾਲੀ ਗੱਲ ਹੈਗੀ ਆ, ਉਹ ਠੀਕ ਨਹੀਂ ਹੈਗੀ। ਦੂਸਰਾ ਹੈਗਾ ਵੀ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ, ਔਰ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ, ਗੰਨੇ ਵਾਲੇ ਮਸਲੇ 'ਤੇ ਵੀ C2 ਫਾਰਮੂਲਾ ਲਾਗੂ ਕੀਤਾ ਜਾਵੇ, ਗੰਨੇ ਦਾ ਰੇਟ ਦਿੱਤਾ ਜਾਵੇ, ਇਹ ਸਾਡੀ ਮੰਗ ਹੈਗੀ ਆ। ਔਰ ਇਹਦੇ ਨਾਲ ਨਾਲ ਕਿਸਾਨ ਅਤੇ ਮਜ਼ਦੂਰ ਨੂੰ ਕਰਜ਼ ਮੁਕਤ ਕੀਤਾ ਜਾਵੇ, ਇਹਦੋਂ ਗਾਂ ਲਖੀਮਪੁਰ ਖਰੀਦ ਇਨਸਾਫ ਸਾਰੇ ਜਿਹੜੇ ਕੇਸ ਆ ਉਹ ਵਾਪਸ ਲੈਣ ਵਾਲੀ ਗੱਲ ਹੈਗੀ ਆ, ਔਰ ਬਿਜਲੀ ਸੰਸ਼ੋਧਨ ਬਿੱਲ ਹੈਗਾ ਉਹਦੀ ਉਹ ਖਤਮ ਕਰਨਾ ਹੈਗਾ, ਅਤੇ ਪੋਲਿਊਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕੱਢਣਾ ਹੈਗਾ। ਬਾਕੀ ਜਿਹੜਾ ਹੈਗਾ ਵਾ ਵੀ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ 'ਤੇ ਚਲਾਵੇ, 60 ਸਾਲ ਦੇ ਕਿਸਾਨ ਅਤੇ ਖੇਤ ਮਜ਼ਦੂਰ ਨੂੰ ਪੈਨਸ਼ਨ 'ਚ ਲੈ ਕੇ ਆਵੇ 10,000, ਔਰ ਇਹ ਤੋਂ ਕਹਾ ਨਰੇਗਾ ਜਿਹੜੀ ਆ ਉਹ 200 ਦਿਨ ਕੀਤੀ ਜਾਵੇ। ਇਹ ਮੰਗਾਂ ਜਿਹੜੀਆਂ ਵਾ, ਔਰ ਆਦਿਵਾਸੀਆਂ ਦੀ ਜਿਹੜੀ ਸੰਵਿਧਾਨ ਦੀ 25ਵੀਂ ਸੂਚੀ ਆ, ਉਹ ਲੈਂਡ ਐਕੁਜੀਸ਼ਨ ਐਕਟ ਆ, ਉਹ ਜਿਹੜਾ ਵਾ ਉਹ ਨਾਲ ਸ਼ਾਮਿਲ ਕੀਤਾ ਜਾਵੇ। ਜਦੋਂ ਗੱਲ ਆਉਂਦੀ ਹੈ ਤਾਂ ਧਰਨੇ ਦੀ, ਤਾਂ ਇਹੀ ਗੱਲ ਸਾਹਮਣੇ ਆਉਂਦੀ ਵੀ ਕਿਸਾਨ ਜਿਹੜੇ ਨੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਇਹਦੇ ਵਿੱਚ ਮਜ਼ਦੂਰਾਂ ਦੀਆਂ ਤੁਸੀਂ ਮੰਗਾਂ ਐਡ ਕਰ ਰਹੇ ਹੋ, ਉਹ ਚੀਜ਼ਾਂ ਨੂੰ ਕਿਵੇਂ ਹਾਈਲਾਈਟ ਕਰਦੇ? ਦੇਖੋ, ਦੋਵਾਂ ਦੀ ਹੋਣੀ ਆਪੋ 'ਚ ਉਹਦੀ ਜੁੜੀ ਹੋਈ ਆ। ਮੈਨੂੰ ਪਤਾ ਸਾਡੀ ਜਥੇਬੰਦੀ 'ਚ ਮਜ਼ਦੂਰ ਵੀ 4% 5% ਹੈਗੇ ਨੇ, ਔਰ ਜਦੋਂ ਉਹਨਾਂ ਤੱਕ ਇਹ ਸਾਡੀ ਗੱਲ ਜਾਊਗੀ ਤਾਂ ਉਹ ਖੇਤ ਮਜ਼ਦੂਰ ਵੀ ਵੱਡੇ ਪੱਧਰ 'ਤੇ ਆਊਗਾ। ਜੇ ਖੇਤੀ ਮਾਰੀ ਗਈ ਤਾਂ ਖੇਤ ਮਜ਼ਦੂਰ ਖੇਤਾਂ 'ਚੋਂ ਬਾਹਰ ਹੋ ਜਾਣਾ ਵਾ, ਤਾਂ ਇਹ ਕਿਉਂਕਿ ਵੱਡੀ ਲੜਾਈ ਆ। ਇਸ ਵਿੱਚ ਦੋ ਵਰਗ, ਕਿਸਾਨ ਅਤੇ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਰਾ ਪਿਛਲੇ ਅੰਦੋਲਨ ਵਿੱਚ ਵੀ ਗੂੰਜਿਆ ਸੀ, ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਵੇਖਦਿਆਂ ਹੋਇਆਂ ਮਜ਼ਦੂਰਾਂ ਦੀਆਂ ਮੰਗਾਂ ਵੀ ਨਾਲ ਸ਼ਾਮਿਲ ਕੀਤੀਆਂ ਗਈਆਂ। ਜੇਕਰ ਹੁਣ ਗੱਲ ਕਰੀਏ ਤਾਂ 13 ਨੂੰ ਜਦੋਂ ਇੱਥੋਂ ਕੂਚ ਕਰਨਾ ਦਿੱਲੀ, ਤਾਂ ਰਾਹ ਦੇ ਵਿੱਚ ਜੇ ਰੋਕਿਆ ਗਿਆ ਤਾਂ ਅਗਲੀ ਕੀ ਰਣਨੀਤੀ? ਦੇਖੋ, ਉਹ ਤਾਂ ਮੌਕੇ ਮੁਨਾਸਬ ਬਣਾਵਾਂਗੇ, ਜੋ ਮੌਕੇ ਦੀਆਂ ਸਥਿਤੀਆਂ ਮੁਨਾਸਬ ਹੋਣਗੀਆਂ ਉਹਦੇ ਮੁਤਾਬਕ ਫੈਸਲੇ ਕੀਤੇ ਜਾਣਗੇ। ਧੰਨਵਾਦ। ਤਾਂ 13 ਫਰਵਰੀ ਦਾ ਐਲਾਨ ਕੀਤਾ ਗਿਆ, 13 ਫਰਵਰੀ ਨੂੰ ਦਿੱਲੀ ਕੂਚ ਕਰਨਾ। 3 ਪੁਆਇੰਟ ਤੈਅ ਕਰ ਦਿੱਤੇ ਗਏ ਨੇ, ਅਗਲੇਰੀ ਜਿਹੜੀ ਕਾਰਵਾਈ ਉਹ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਬਿਆਨ ਕਰਨਗੀਆਂ। ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ, ਦੈਨਿਕ ਸਵੇਰਾ TV, ਚੰਡੀਗੜ੍ਹ।